Hey guys, subscribe and press the bell icon to never miss a video from Gabru. ਪੰਜਾਬੀ ਸਿਨੇਮਾ ਇੰਡਸਟਰੀ ਦੇ ਵਿੱਚ ਕਈ ਇਹਨਾਂ ਦੇ ਆਰਟਿਸਟ ਨੇ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਪਲੇ ਦੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਮੂਵੀਜ਼ ਦੇ ਨਾਲ ਵੀ ਆਡੀਅੰਸ ਦੇ ਦਿਲਾਂ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਲਈ। ਉਹਨਾਂ ਆਰਟਿਸਟ 'ਚੋਂ ਇੱਕ ਨਾਮ ਹੈ ਦੇਵ ਖਰੌੜ ਜੀ ਦਾ, ਜਿਨ੍ਹਾਂ ਨੇ ਸਾਨੂੰ ਆਪਣੀ ਸੁਪਰਹਿੱਟ ਮੂਵੀਜ਼ ਲਾਈਕ ਰੁਪਿੰਦਰ ਗਾਂਧੀ, ਰੁਪਿੰਦਰ ਗਾਂਧੀ 2, ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਦੇ ਨਾਲ ਬਹੁਤ ਹੀ ਐਂਟਰਟੇਨ ਕੀਤਾ ਹੈ। ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਲਦ ਹੀ ਦੇਵ ਖਰੌੜ ਜੀ ਸਾਨੂੰ ਆਪਣੀ ਮੂਵੀ ਬਲੈਕੀਆ ਦੇ ਨਾਲ ਵੀ ਐਂਟਰਟੇਨ ਕਰਨ ਦੇ ਲਈ ਆ ਰਹੇ ਨੇ। ਕੁਛ ਟਾਈਮ ਪਹਿਲਾਂ ਮੂਵੀ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੇ ਸਾਡੀ ਐਕਸਾਈਟਮੈਂਟ ਲੈਵਲ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਸੀ। ਅਤੇ ਅੱਜ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਾਲ ਹੀ ਦੇ ਵਿੱਚ ਮੂਵੀ ਬਲੈਕੀਆ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ਤੁਸੀਂ ਚੈੱਕ ਕਰੋ ਟ੍ਰੇਲਰ ਦੇ ਕੁਝ ਇੰਟਰਸਟਿੰਗ ਸਕਰੀਨਸ਼ਾਟਸ। ਦੇਵ ਖਰੌੜ ਜੀ ਦੀ ਮੂਵੀ ਬਲੈਕੀਆ ਫੁੱਲ ਔਨ ਐਕਸ਼ਨ ਪੈਕਡ ਮੂਵੀ ਹੋਵੇਗੀ, ਜਿਸ ਦੇ ਵਿੱਚ ਵਾਇਲੈਂਸ, ਮਨੀ ਅਤੇ ਡਰੱਗਸ ਦਾ ਕਨਸੈਪਟ ਦਿਖਾਇਆ ਜਾਊਗਾ। ਮੂਵੀ ਡਿਟੇਲਸ ਦੀ ਗੱਲ ਕਰੀਏ ਤਾਂ ਇਸ ਮੂਵੀ ਦੇ ਵਿੱਚ ਦੇਵ ਖਰੌੜ ਜੀ ਤੋਂ ਇਲਾਵਾ ਇਹਾਨਾ ਢਿੱਲੋਂ, ਅਰਸ਼ ਹੁੰਦਲ ਅਤੇ ਆਸ਼ੀਸ਼ ਦੁੱਗਲ ਜਿਹੇ ਐਕਟਰਸ ਵੀ ਨਜ਼ਰ ਆਉਣਗੇ। ਸੁਖਮਿੰਦਰ ਤੰਜਲ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਹ ਮੂਵੀ 26 April ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਮੂਵੀ ਬਲੈਕੀਆ ਤੋਂ ਇਲਾਵਾ ਦੇਵ ਖਰੌੜ ਜੀ ਸਾਨੂੰ ਜਲਦ ਹੀ ਸਾਨੂੰ ਆਪਣੀ ਮੂਵੀ DSP ਦੇਵ ਦੇ ਨਾਲ ਵੀ ਐਂਟਰਟੇਨ ਕਰਨਗੇ। ਸਾਨੂੰ ਤਾਂ ਹੁਣ ਬੇਸਬਰੀ ਨਾਲ ਇੰਤਜ਼ਾਰ ਹੈ ਦੇਵ ਖਰੌੜ ਜੀ ਦੀ ਮੂਵੀਜ਼ DSP ਦੇਵ ਅਤੇ ਮੂਵੀ ਬਲੈਕੀਆ ਦਾ। ਤੁਸੀਂ ਕਿੰਨੇ ਐਕਸਾਈਟਿਡ ਹੋ ਦੇਵ ਖਰੌੜ ਜੀ ਦੇ ਅਪਕਮਿੰਗ ਪ੍ਰੋਜੈਕਟਸ ਦੇ ਲਈ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਬਾਲੀਵੁੱਡ ਅਤੇ ਬਾਲੀਵੁੱਡ ਦੀ ਇੰਟਰਸਟਿੰਗ ਨਿਊਜ਼ ਦੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ gabru.com ਨੂੰ ਸਬਸਕ੍ਰਾਈਬ ਕਰੋ ਅਤੇ ਥੱਲੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਜ਼ਰੂਰ ਪ੍ਰੈਸ ਕਰੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।